सत श्री अकाल दोस्तों दोस्तों ਤੁਹਾਡਾ ਬਹੁਤ ਬਹੁਤ ਸਵਾਗਤ ਹੈ ਐਸ ਜੇ ਪੀ ਕਮੇਡੀ ਚਸਕਾ ਚੈਨਲ ਵਿੱਚ। ਦੋਸਤੋ ਤੁਸੀਂ ਸਾਡੀ ਵੀਡੀਓਜ਼ ਨੂੰ ਲਾਈਕ ਕਰਦੇ ਹੋ, ਸ਼ੇਅਰ ਕਰਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇੰਨਾ ਮਤਲਬ ਸਾਨੂੰ ਬੂਸਟਰ ਦਿੰਦੇ ਹੋ। ਅਤੇ ਦੋਸਤੋ ਅਸੀਂ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਕਾਮੇਡੀ ਵੀਡੀਓਜ਼। ਪਰ ਦੋਸਤੋ ਅੱਜ ਅਸੀਂ ਜਿਸ ਮਸਲੇ 'ਤੇ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ, ਇਹ ਬੜਾ ਹੀ ਸੀਰੀਅਸ ਮਸਲਾ ਹੈ। ਪਰਮਾਤਮਾ ਦਾ ਜਿਹਨੂੰ ਕਹਿੰਦੇ ਆ ਲੱਖ ਲੱਖ ਸ਼ੁਕਰ ਮਨਾਈਏ ਤਾਂ ਵੀ ਘੱਟ ਹੈ। ਜਿਹੜੀ ਅਸੀਂ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ, ਅਸੀਂ ਤਾਂ ਆਪਣੇ ਦਿਲ ਦੀਆਂ ਤੁਹਾਨੂੰ ਫੀਲਿੰਗ ਸ਼ੇਅਰ ਕਰਨਾ ਚਾਹੁੰਦੇ ਸੀਗੇ ਅਤੇ ਤੁਹਾਨੂੰ ਵੀ ਚਾਹੁੰਦੇ ਸੀਗੇ ਵੀ ਤੁਸੀਂ ਵੀ ਅਵੇਅਰ ਹੋ ਜਾਓ। ਦੋਸਤੋ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਗਿਆ ਅੱਜ ਕੱਲ੍ਹ, ਕਿਉਂਕਿ ਝੋਨੇ ਨੂੰ ਪਾਣੀ ਲੱਗਾ ਹੁੰਦਾ ਹੈ ਅਤੇ ਗਰਮੀ ਬਹੁਤ ਜ਼ਿਆਦਾ ਹੈ, ਹੁੰਮਸ ਬਹੁਤ ਜ਼ਿਆਦਾ ਹੈ, ਇਸ ਕਰਕੇ ਸੱਪ ਬਹੁਤ ਜ਼ਿਆਦਾ ਨਿਕਲ ਰਹੇ ਨੇ। ਅਤੇ ਦੋਸਤੋ ਕੱਲ੍ਹ ਰਾਤ ਦੀ ਗੱਲ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। 2 ਵਜੇ ਦਾ ਟਾਈਮ ਸੀਗਾ ਦੋਸਤੋ, ਇੱਕ ਬਹੁਤ ਹੀ ਕੋਮਨ ਜਿਹੜਾ ਸੱਪ ਹੁੰਦਾ ਹੈ ਜਿਹਦਾ ਨਾਮ ਹੈ, ਸਾਨੂੰ ਵੀ ਪਤਾ ਨਹੀਂ ਸੀਗਾ, ਜਦੋਂ ਦਰਸ਼ਨ ਦੇ ਤੇ ਉਹਨੇ ਫਿਰ ਹੀ ਪਤਾ ਲੱਗਾ, ਉਹਦਾ ਨਾਮ ਹੈ ਰਾਤ ਦਾ ਕਿਲਰ, ਰਾਤ ਦਾ ਸ਼ੈਤਾਨ, ਇਹੋ ਜਿਹੇ ਨਾਮ ਹੈ ਉਹਦੇ। ਇੰਨਾ ਕੁ ਸੱਪ ਹੈ ਦੋਸਤੋ, ਇੰਨਾ ਕੁ ਕਾਲੇ ਅਤੇ ਨੀਲੀ ਸ਼ੇਡ ਦਾ ਸੱਪ ਹੈ। ਅਤੇ ਇਹ ਅਸੀਂ ਹੁਣ ਸਟੱਡੀ ਕਰਕੇ ਸਾਨੂੰ ਪਤਾ ਲੱਗਾ ਵੀ ਇਹ ਸੱਪ ਜਿਹੜਾ ਕੋਬਰਾ ਸੱਪ ਜਿਹਨੂੰ ਕਹਿੰਦੇ, ਕੋਬਰਾ ਬਹੁਤ ਜ਼ਿਆਦਾ ਜ਼ਹਿਰੀਲਾ ਸੱਪ ਹੁੰਦਾ ਹੈ, ਇਹ ਸੱਪ ਕੋਬਰੇ ਨਾਲੋਂ ਵੀ 10 ਗੁਣਾ ਜ਼ਿਆਦਾ ਜ਼ਹਿਰੀਲਾ ਸੱਪ ਹੈ। ਅਤੇ ਦੋਸਤੋ ਅਸੀਂ ਆਹ ਜਿੱਦਾਂ ਸਾਡਾ ਦੀਵਾਨ ਹੈ, ਇਹਦੇ ਨਾਲ ਅਸੀਂ ਆਮ ਤੌਰ 'ਤੇ ਸਾਰੇ ਪਰਿਵਾਰ ਇਕੱਠਾ ਇੱਕੋ ਜਗ੍ਹਾ ਏਸੀ ਲਾ ਕੇ ਸੋ ਜਾਂਦੇ ਹਾਂ। ਅਤੇ ਅਸੀਂ ਸੁੱਤੇ ਹੋਏ ਸੀਗੇ, ਥੱਲੇ ਗੱਦੇ ਲੱਗੇ ਹੋਏ ਸੀਗੇ ਅਤੇ ਗੱਦਿਆਂ ਦੇ ਵਿੱਚ ਰਾਹੁਲ ਸੁੱਤਾ ਹੋਇਆ ਸੀਗਾ। ਤਕਰੀਬਨ 11:30 ਕਿ 12 ਵਜੇ ਦਾ ਟਾਈਮ ਸੀਗਾ ਅਤੇ ਰਾਹੁਲ ਸੌਣ ਲੱਗਾ, ਇਹਨੇ ਆਪਣਾ ਮੋਬਾਈਲ ਚਾਰਜ 'ਤੇ ਲਾਇਆ। ਇਹਨੇ ਜਿੱਦਾਂ ਹੀ ਆਪਣਾ ਮੋਬਾਈਲ ਚਾਰਜ 'ਤੇ ਲਾਇਆ ਅਤੇ ਇਹਨੂੰ ਲੱਗਾ ਵੀ ਮੇਰੇ ਮੂੰਹ 'ਤੇ ਇਹ ਤਾਰ ਤਾਂ, ਤਾਰ ਦੇ ਨਾਲ ਤਾਂ ਮੈਂ ਚਾਰਜਰ ਲਾ ਦਿੱਤਾ ਅਤੇ ਦੂਜੀ ਤਾਰ ਮੇਰੇ ਮੂੰਹ 'ਤੇ ਕਿਹੜੀ ਵੱਜੀ, ਮਤਲਬ ਅੱਖਾਂ ਬੰਦ ਬੰਦ ਜੀ ਇਹ ਕੰਮ ਕਰ ਰਿਹਾ ਸੀ। ਜਿੱਦਾਂ ਹੀ ਇਹਨੇ ਅੱਖ ਖੋਲ੍ਹੀ ਅਤੇ ਦੋਸਤੋ ਤੁਸੀਂ ਯਕੀਨ ਨਹੀਂ ਕਰੋਗੇ, ਇਹਦੇ ਸਾਹਮਣੇ ਸੱਪ, ਅੱਖਾਂ ਦੇ ਮੂੰਹ ਦੇ ਸਾਹਮਣੇ ਸੱਪ। ਸੱਪ ਵੀ ਉਹੀ ਜਿਹੜਾ ਮੈਂ ਤੁਹਾਨੂੰ ਜ਼ਿਕਰ ਕੀਤੀ ਹੈ ਕਿ ਕੋਬਰਾ ਸੱਪ ਤੋਂ 10 ਗੁਣਾ ਜ਼ਿਆਦਾ ਜਿਹਨੂੰ ਜ਼ਹਿਰ ਕਿਹਾ ਜਾ ਸਕਦਾ, ਇੰਨਾ ਕੁ ਸੱਪ ਹੈ, ਇੰਨਾ ਕੁ। ਅਤੇ ਦੋਸਤੋ ਅਸੀਂ ਸਟੱਡੀ ਕੀਤੀ ਯੂਟਿਊਬ 'ਤੇ, ਸਾਨੂੰ ਦੱਸਿਆ ਗਿਆ ਜਿਹਨੂੰ ਪਤਾ ਲੱਗਾ ਕਿ ਇਹ ਸੱਪ ਦੀ ਖਾਸੀਅਤ ਹੀ ਇਹ ਹੈ ਕਿ ਰਾਤ ਨੂੰ ਆਉਂਦਾ, ਰਾਤ ਨੂੰ ਵੀ ਮਿਡਨਾਈਟ 12 ਵਜੇ 1 ਵਜੇ 2 ਵਜੇ ਦੋਸਤੋ ਇਹ ਤੁਹਾਡੇ ਬਿਸਤਰਿਆਂ ਵਿੱਚ ਆ ਕੇ ਬਹਿ ਜਾਂਦਾ। ਕਹਿੰਦੇ ਇਹਨੂੰ ਜਿਹੜੀ ਇਨਸਾਨ ਦੀ ਗਰਮੀ ਹੈ ਨਾ, ਉਹ ਬਹੁਤ ਪਸੰਦ ਹੈ, ਜਿਸਮ ਦੀ ਗਰਮੀ, ਇਹ ਤੁਹਾਡੇ ਨਾਲ ਸੋ ਜਾਂਦਾ। ਪਰ ਇਹਦੀ ਕਿਤੇ ਵੀ ਤਮੰਨਾ ਨਹੀਂ ਹੁੰਦੀ ਤੁਹਾਨੂੰ ਡੰਗ ਮਾਰਨ ਦੀ, ਜਦੋਂ ਤੁਸੀਂ ਕਿਤੇ ਪਾਸਾ ਲੈਂਦੇ ਹੋ ਅਤੇ ਡਰ ਜਾਂਦਾ, ਡਰ ਦੇ ਵਿੱਚ ਆਪਣੇ ਬਚਾਅ ਲਈ ਤੁਹਾਡੇ ਦੇ ਡੰਗ ਮਾਰਦਾ। ਅਤੇ ਇਹਦਾ ਡੰਗ ਵੀ ਕਿਸੇ ਵੇਲੇ ਸਿਰਫ ਝੰਜੀਟ ਵਰਗਾ ਹੁੰਦਾ, ਪੂਰੀ ਪੂਰੀ ਡੰਗ ਵੀ ਨਹੀਂ ਹੁੰਦਾ, ਕਿਸੇ ਵੇਲੇ 1 ਦੰਦ ਹੁੰਦਾ, ਕਿਸੇ ਵੇਲੇ 2 ਦੰਦ ਹੁੰਦੇ ਅਤੇ ਕਿਸੇ ਵੇਲੇ ਝੰਜੀਟ ਜੀ ਲੱਗਦੀ ਹੈ। ਅਤੇ ਦੋਸਤੋ ਇਹ ਸਿਰਫ ਇੰਨਾ ਕੁ ਸੱਪ ਹੈ, ਦੇਖੋ ਜਦੋਂ ਇਹ ਲੜਦਾ ਹੈ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਦੋਸਤੋ, ਇਹਦੇ ਕਿਸੇ ਵੇਲੇ ਤਾਂ 2 ਦੰਦ ਦੇ ਨਿਸ਼ਾਨ ਹੁੰਦੇ ਆ, ਕਿਸੇ ਵੇਲੇ ਸਿਰਫ 1 ਦੰਦ ਦਾ ਨਿਸ਼ਾਨ ਹੁੰਦਾ ਅਤੇ ਕਿਸੇ ਵੇਲੇ ਸਿਰਫ ਝੰਜੀਟ ਹੀ ਪੈਂਦੀ ਹੈ। ਅਤੇ ਦੋਸਤੋ ਜਿਹੜਾ ਬੰਦਾ ਸੁੱਤਾ ਉਹਨੂੰ ਲੱਗਦਾ ਕਿ ਮੱਛਰ ਲੜਿਆ, ਸਿਰਫ ਇੰਨੀ ਕੁ ਦਰਦ ਹੁੰਦੀ ਹੈ। ਅਸੀਂ ਕੱਲ੍ਹ ਦੇ ਇਹੀ ਸਟੱਡੀ ਕਰੀ ਜਾਂਦੇ ਯੂਟਿਊਬ ਤੋਂ ਤੁਹਾਨੂੰ ਦੱਸ ਰਹੇ ਹਾਂ ਇਹਦਾ ਨਿਚੋੜ ਕਿ ਕਿਸੇ ਵੇਲੇ ਇੱਦਾਂ ਲੱਗਦਾ ਵੀ ਸਿਰਫ ਮੱਛਰ ਹੀ ਲੜਿਆ ਅਤੇ ਬੰਦਾ ਸੁੱਤਾ ਰਹਿੰਦਾ ਅਤੇ ਉਹਨੂੰ 2-2.5 ਘੰਟਿਆਂ ਬਾਅਦ ਪੇਟ ਦੇ ਵਿੱਚ ਜਲਨ ਹੁੰਦੀ ਹੈ, ਮਰੋੜ ਜੇ ਲੱਗਦੇ ਆ, ਉਸ ਤੋਂ ਬਾਅਦ ਫਿਰ ਸਮਝੋ ਗੱਲ ਖਤਰੇ ਤੋਂ ਪਾਰ ਹੋ ਜਾਂਦੀ। ਖਤਰਾ ਵੀ ਵਰਡ ਮੈਂ ਯੂਜ਼ ਨਹੀਂ ਕਰ ਸਕਦਾ, ਖਤਰੇ ਤੋਂ ਵੀ ਉੱਪਰ ਕੰਮ ਹੋ ਜਾਂਦਾ ਉਸ ਤੋਂ ਬਾਅਦ। ਅਤੇ ਦੋਸਤੋ ਪਲੀਜ਼ ਅਵੇਅਰ ਹੋਵੋ, ਇਹ ਨਾ ਸੋਚੋ ਕਿ ਅਸੀਂ ਏਸੀ ਲਾ ਕੇ ਸੁੱਤੇ ਹਾਂ, ਸਭ ਪਾਸੋਂ ਬੰਦ ਆ, ਮੱਛਰ ਵੀ ਅੰਦਰ ਨਹੀਂ ਆ ਸਕਦਾ, ਅਤੇ ਇਹੋ ਜਿਹੀ ਚੀਜ਼ ਨਹੀਂ ਆ ਸਕਦੀ। ਦੋਸਤੋ ਸਾਡੇ ਘਰ ਆਈ ਹੈ, ਅਸੀਂ ਤਾਂ ਸ਼ੇਅਰ ਕਰ ਰਹੇ ਹਾਂ, ਅਤੇ ਪਲੀਜ਼ ਜਿਹੜੀ ਮਤਲਬ ਪਤਾ ਹੀ ਨਾ ਲੱਗਿਆ ਵੀ ਡੰਗ ਮਾਰ ਗਿਆ, ਕੀ ਕਰ ਲਾਂਗੇ ਆਪਾਂ। ਇਸ ਕਰਕੇ ਦੋਸਤੋ ਰਾਤੀ ਸੌਣ ਲੱਗੇ ਆਪਣੇ ਬਿਸਤਰੇ ਚੈੱਕ ਕਰੋ, ਚੰਗੀ ਤਰ੍ਹਾਂ ਝਾੜ ਕੇ ਵਿਛਾਓ ਬਿਸਤਰਿਆਂ ਨੂੰ। ਅਤੇ ਦੋਸਤੋ ਆਪਣੇ ਦਰਵਾਜ਼ਿਆਂ ਦੇ ਅੱਗੇ ਜਿਹੜਾ ਹੁੰਦਾ ਆ ਲਸਣ, ਲਸਣ ਨੂੰ ਪੀਸੋ, 200 ਗ੍ਰਾਮ ਲਸਣ ਨੂੰ ਪੀਸੋ ਅਤੇ ਉਹਦੇ ਵਿੱਚ ਨਵਰਤਨ ਤੇਲ ਵਿੱਚ ਪਾ ਕੇ, ਠੀਕ ਹੈ, ਉਹ ਆਪਣੇ ਜਿਹੜੇ ਤੁਹਾਡੇ ਦਰਵਾਜ਼ਿਆਂ ਦੀਆਂ ਝੀਤਾਂ ਹੈ, ਦਰਵਾਜ਼ੇ ਦੀ ਚੀਜ਼ਾਂ ਜਿੱਥੋਂ ਅੰਦਰ ਵੜ ਸਕਦਾ ਹੈ, ਠੀਕ ਹੈ, ਜਿੱਥੋਂ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਅੰਦਰ ਆ ਸਕਦੀ ਹੈ, ਉਹਦੇ ਬਾਹਰ ਚੰਗੀ ਤਰ੍ਹਾਂ ਛਿੜਕੋ। ਸਾਨੂੰ ਸਟੱਡੀ ਤੋਂ ਪਤਾ ਲੱਗਾ ਕਿ ਇਹਨੂੰ ਨਵਰਤਨ ਤੇਲ ਤੋਂ ਅਤੇ ਜਿਹੜਾ ਹੈਗਾ ਰੱਬ ਤੁਹਾਡਾ ਭਲਾ ਕਰੇ, ਇਹ ਲਸਣ ਦੀ ਸਮੈਲ ਤੋਂ ਬਹੁਤ ਜ਼ਿਆਦਾ ਐਲਰਜੀ ਹੈ। ਅਤੇ ਇਹ ਆਪਣੇ ਜੇ ਤੁਹਾਡੇ ਘਰ ਦੇ ਅਗਲੇ ਪਿੱਛੇ 2 ਦਰਵਾਜ਼ੇ, ਕਿਉਂਕਿ ਸਾਡੇ ਘਰ ਦੇ 2 ਦਰਵਾਜ਼ੇ ਹੈ, ਪਤਾ ਨਹੀਂ ਹੁਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਾ ਵੀ ਕਿੱਧਰੋਂ ਦੀ ਆਇਆ ਅਤੇ ਕਿੱਧਰੋਂ ਦੀ ਗਿਆ। ਅਜੇ ਵੀ ਜਿਸ ਦਰਵਾਜ਼ੇ ਤੋਂ ਬਾਹਰ ਗਿਆ ਸੀ, ਅਸੀਂ ਬਾਹਰ ਜਾ ਕੇ ਦੇਖਿਆ ਬਾਹਰ ਸੀਗਾ ਹੀ ਨਹੀਂ, ਅਜੇ ਵੀ ਪਤਾ ਨਹੀਂ ਉਹ ਕਿੱਥੇ ਹੈ, ਕਿੱਥੇ ਰੱਬ ਜਾਣੇ। ਇਹ ਤਾਂ ਬਾਬਾ ਜੀ ਨੇ
ਬਹੁਤ ਸਾਨੂੰ ਲਾਗੇ ਹੋ ਗਏ ਸਾਡੀ ਸੁਣੀ, ਇਹਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਇੰਨੇ ਮਤਲਬ ਇੱਕਦਮ ਸਭ ਆ ਗਿਆ ਬਹੁਤ ਜ਼ੋਰ ਦੀ ਚੀਕਾਂ ਮਾਰੀਆਂ। ਵੈਸੇ ਤਾਂ ਮਾਰਨੀਆਂ ਚਾਹੀਦੀਆਂ, ਪਰ ਚਲੋ ਬੱਚਾ ਹੈ ਇੱਕਦਮ ਡਰ ਜਾਂਦਾ, ਸ਼ਾਇਦ ਮੈਨੂੰ ਵੀ ਦਿਸਦਾ ਮੈਂ ਵੀ ਮਾਰ ਦਿੰਦਾ। ਉਦੋਂ ਆਰਾਮ ਨਾਲ ਉੱਠੋ ਤੁਸੀਂ, ਉੱਠ ਕੇ ਉਹਨੂੰ ਜਾਂ ਤਾਂ ਬਾਹਰ ਕੱਢੋ ਜਾਂ ਬਾਹਰ ਕੱਢਣਾ ਤਾਂ ਵੈਸੇ ਕਿਸੇ ਦੇ ਬਸ ਦੀ ਗੱਲ ਨਹੀਂ, ਉਦੋਂ ਤਾਂ ਜਾਨ ਨਿਕਲੀ ਹੁੰਦੀ ਬੰਦੇ ਦੀ। ਪਰ ਪਰਮਾਤਮਾ ਮੋਰੇ ਹੱਥ ਹੀ ਜੋੜ ਸਕਦੇ ਹਾਂ ਬਈ, ਇਹੋ ਜਿਹੀ ਚੀਜ਼ ਨਾ ਹੀ ਦਿਖਾਵੇ ਪਰਮਾਤਮਾ ਅਤੇ ਨਾ ਹੀ ਮੌਕਾ ਮਿਲੇ ਇਹੋ ਜਿਹਾ ਵੀ ਅਸੀਂ ਇਹੋ ਜਿਹਾ ਕੋਈ ਕੰਮ ਕਰੀਏ। ਅਤੇ ਇਸ ਕਰਕੇ ਮੈਂ ਚਾਹ ਰਿਹਾ ਸੀਗਾ ਵੀ ਅਸੀਂ ਤੁਹਾਨੂੰ ਵੀ ਅਵੇਅਰ ਕਰੀਏ ਵੀ ਇਹ ਬਹੁਤ ਜ਼ਿਆਦਾ ਖਤਰਨਾਕ ਗੱਲ ਸਾਡੇ ਨਾਲ ਹੋਈ ਹੈ, ਕਿਉਂਕਿ ਆਮ ਬੰਦਾ ਸੋਚਦਾ ਨਹੀਂ ਯਾਰ ਵੀ ਜੇ ਅਸੀਂ ਇੱਥੇ ਬੈੱਡ 'ਚ ਏ ਸੀ ਲਾ ਕੇ ਸਾਰਾ ਕੁਛ ਬੰਦ ਕਰਕੇ ਸੁੱਤੇ ਹਾਂ ਅਤੇ ਅਸੀਂ ਕਿਹੜਾ ਬਾਹਰ ਸੁੱਤੇ ਹਾਂ ਖੇਤਾਂ 'ਚ ਜਿਹੜਾ ਸਾਡੇ ਸੱਪ ਆ ਜੂਗਾ। ਅਤੇ ਜਦੋਂ ਤੁਸੀਂ ਇੱਕਦਮ ਤੁਹਾਡੇ ਅੱਖਾਂ ਖੁੱਲ੍ਹਣ ਜਿੱਥੇ ਤੁਸੀਂ ਸੁੱਤੇ ਪਏ ਆ, ਜਿੱਥੇ ਤੁਸੀਂ ਕਦੇ ਜ਼ਿੰਦਗੀ 'ਚ ਸੋਚਿਆ ਹੀ ਨਾ ਹੋਵੇ ਵੀ ਯਾਰ ਇੱਥੇ ਵੀ ਸੱਪ ਆ ਸਕਦਾ, ਅਤੇ ਤੁਸੀਂ ਜਦੋਂ ਇੱਕਦਮ ਅੱਖਾਂ ਖੋਲ੍ਹਦੇ ਤੁਹਾਡੇ ਸਾਹਮਣੇ ਸੱਪ, ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਤੁਸੀਂ ਚੀਕਾਂ ਹੀ ਮਾਰੋਗੇ। ਦੋਸਤੋ ਨਵਰਤਨ ਤੇਲ ਅਤੇ ਲਸਣ 200 ਗ੍ਰਾਮ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਇਹਦਾ ਪਾਣੀ ਕੱਢੋ, ਕੱਢ ਕੇ ਥੋੜ੍ਹਾ ਜਿਹਾ ਪਾਣੀ ਵਿੱਚ ਮਿਕਸ ਕਰੋ, ਮਿਕਸ ਕਰਕੇ ਆਪਣੇ ਦਰਵਾਜ਼ੇ ਨੇ ਝੀਤਾਂ ਦੇ ਉੱਪਰ ਚੰਗੀ ਤਰ੍ਹਾਂ ਜਿੱਥੇ ਵੀ ਝੀਤ ਆ, ਜਿੱਥੋਂ ਤੁਹਾਨੂੰ ਲੱਗਦਾ ਵੀ ਕੋਈ ਚੀਜ਼ ਅੰਦਰ ਆ ਸਕਦੀ ਹੈ, ਇਹ ਡੇਲੀ ਰੂਟੀਨ ਬਣਾ ਲਓ, ਖਾਸ ਕਰ ਸੌਣ ਦੇ ਮਹੀਨੇ ਦਾ ਪੂਰੇ, ਜਿੰਨੀ ਦੇਰ ਗਰਮੀ ਹੈ ਸੌਣ ਦਾ, ਸੌਣ ਤੋਂ ਅਗਲਾ ਮਹੀਨਾ ਵੀ, ਜਿੰਨੀ ਦੇਰ ਗਰਮੀ ਹੈ ਹੁੰਮਸ ਹੈ ਬਹੁਤ ਜ਼ਿਆਦਾ, ਹੈ ਨਾ, ਸੱਪ ਵੀ ਬਾਹਰ ਨਿਕਲਦੇ ਖੁੱਡਾਂ 'ਚੋਂ, ਇਹ ਵੀ ਵਿਚਾਰਿਆਂ ਨੂੰ ਗਰਮੀ ਲੱਗਦੀ ਹੈ। ਅਤੇ ਦੋਸਤੋ ਅਸੀਂ ਮਤਲਬ ਇਹ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਹਾਂ, ਆਹ ਦੇਖੋ ਆਹ ਹੁੰਦਾ ਸੱਪ, ਆਹ ਇਹਦਾ ਰੰਗ ਹੁੰਦਾ, ਅਤੇ ਆਹ ਦੇਖੋ ਤੁਸੀਂ ਸਾਇਲੈਂਟ ਕਿਲਰ ਹੈ, क्योंकि अगर हमें कोबरा काटता है तो काटे हुए जगह में बर्निंग पेन होगा, सिम्टम दिखेंगे, बाइट के निशान दिखेंगे, लेकिन इस वैनम के जो फैंग होते हैं, दांत होते हैं, बहुत छोटे होते हैं और इस वजह से ये एक्चुअल में रात को ही एक्टिव होता है और हम इंसानी ह्यूमन बॉडी टेम्परेचर इसको बहुत पसंद है और उसकी वजह से हमारे जो बेचारे जो हमारे गरीब भाई ग्राउंड में सोते हैं, ज़मीन पे सोते हैं, उनके बिस्तर में घुस जाते हैं और हम नींद की हालत में अगर हम 2 से 3-4 बार जब करवट लेते हैं, कहीं धोखे से हमारा पैर पड़ जाता है तो उस कंडीशन में ये काटता है। तो इसका मैंने ये बताया कि इसके वैनम में प्री एंड पोस्ट सिनेप्टिक न्यूरोटॉक्सिन होता है और कोबरा में पोस्ट सिनेप्टिक और कार्डियोटॉक्सिन होता है साथ में, तो उसकी वजह से इनके बाइट सिम्टम अलग अलग आते हैं, इसके सिम्टम पता ही नहीं चल पाते हैं, तो इसीलिए साइलेंट किलर है और भारत के सबसे जहरीले सांपों में सबसे टॉप में है। तो प्लीज़ सांपों को फिर भी हम यही कहेंगे, हमारे हर वीडियो से यही मैसेज देते हैं कि सांपों को ना मारें, क्योंकि इनके होने से हमारे पर्यावरण बचा हुआ है, इकोसिस्टम डिसबैलेंस होने से बच रहा है। देखा दोस्तों, मतलब इन्ना छोटा जहा सांप देखा तुसी आप, तो ये मतलब कोबरा सब तो भी 10 गुना ज़्यादा जहरीला। सानू सारयां नू लगा भी ये गल तुहाडे नाल शेयर करनी चाहीदी है, परमात्मा का शुक्र है साडा बचा हो गया, लख लख शुक्र है परमात्मा ने सानू हाथ दे के बचा लिया। तो असी नहीं चाहते कि इदा का वाकया किसी ना भी मतलब पेश आए। तो दोस्तों जे तुहानू कदी सुते पे रात नू किसी खास जगह पर लग रहा भी इत्थे मेरे खाज हो रही है या इत्थे मेरे कोई चीज़ लगता लड़ गई है, तो दोस्तों जे तुहानू पता लग जांदा उस तों बाद भी 2 दंद वजे हुए सप दा निशान उसदा, तो ਯੋਗੀਆਂ ਦੇ ਮਤਲਬ ਦੇਸੀ ਇਲਾਜਾਂ ਦੇ ਚੱਕਰ 'ਚ ਬਿਲਕੁਲ ਨਾ ਪਾਓ, ਸਿੱਧੇ ਹੋਸਪਿਟਲ ਚਲੇ ਜਾਓ, ਹੋਸਪਿਟਲ ਜਾ ਕੇ ਇਲਾਜ ਕਰਾਓ ਤਾਂ ਹੀ ਬਚਾ ਹੈ, ਦੇਸੀ ਨੁਸਖਿਆਂ ਦੇ ਚੱਕਰ 'ਚ ਨਾ ਪਾਓ। ਜਿੰਨੀ ਯੂਟਿਊਬ 'ਤੇ ਸਟੱਡੀ ਕੀਤੀ ਕੱਲ੍ਹ ਦੀ, ਮੈਨੂੰ ਇਹੀ ਪਤਾ ਲੱਗਾ ਸਾਰਿਆਂ ਨੇ ਇਹੀ ਕਿਹਾ ਕੋਈ ਮਣਕਾ ਨਹੀਂ, ਕੋਈ ਦੇਸੀ ਚੀਜ਼ ਨਹੀਂ, ਸਿੱਧਾ ਫਟਾਫਟ ਜਿੰਨੀ ਜਲਦੀ ਹੋ ਸਕਦਾ ਹੋਸਪਿਟਲ ਪਹੁੰਚੋ। ਸਾਡੇ ਦਰਵਾਜ਼ੇ ਦੇ ਥੱਲੇ ਇੰਨੀ ਕੁ ਝੀਤ ਸੀ, ਇੰਨੀ ਝੀਤ ਦੇ ਵਿੱਚੋਂ ਦੀ ਵੜਿਆ ਹੈ, ਦੇਖ ਲਓ ਕਿੱਡਾ ਛੋਟਾ ਸੱਪ ਹੋਊਗਾ, ਇੰਨਾ ਕੁ ਸੱਪ। ਦੋਸਤੋ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਯੂਜ਼ਫੁੱਲ ਹੈ ਤਾਂ ਪਲੀਜ਼ ਇਹਨੂੰ ਸ਼ੇਅਰ ਕਰੋ ਆਪਣੇ ਫਰੈਂਡਸ ਨਾਲ, ਫੈਮਿਲੀ ਨਾਲ, ਤਾਂ ਕਿ ਉਹ ਵੀ ਸਤਰਕ ਹੋਣ ਇਹੋ ਜਿਹੀ ਚੀਜ਼ ਤੋਂ ਅਤੇ ਬਚ ਜਾਣ। ਥੈਂਕ ਯੂ ਦੋਸਤੋ।